ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟ ਇੰਡੀਆ ਤੋਂ। ਦੋਸਤੋ, ਅੱਜ ਫਿਰ ਕਿ ਅਸੀਂ ਆਪਦੀ ਇੱਕ ਨਵੀਂ ਸਕਸੈਸ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ। ਮੇਰੇ ਹੱਥ ਦੇ ਵਿੱਚ ਇਹ ਅੱਜ ਹੈਗਾ ਆਸਟ੍ਰੇਲੀਆ ਦਾ ਮਲਟੀਪਲੈਂਟਰੀ ਵੀਜ਼ਾ, 1 ਸਾਲ ਦਾ। ਇਹ ਵੀਜ਼ਾ ਹੈਗਾ ਜੀ ਮਨਜੀਤ ਕੌਰ ਜੀ ਦਾ। ਦੋਸਤੋ, ਇਸ ਵੀਜ਼ੇ ਦੀ ਖਾਸੀਅਤ ਇਹ ਹੈ ਕਿ ਅਸੀਂ, ਆਹ ਦੇਖੋ, ਮੈਂ ਤੁਹਾਨੂੰ ਇਹਦਾ ਰਿਸੀਵਿੰਗ ਲੈਟਰ ਦਿਖਾਊਂਗਾ। ਇਹ ਅਸੀਂ 7 ਜਨਵਰੀ ਨੂੰ ਜਿਹੜਾ ਹੈਗਾ ਅਪਲਾਈ ਕੀਤਾ ਸੀਗਾ। ਦੇਖੋ, ਇਹ ਸਬਮਿਸ਼ਨ ਲੈਟਰ ਹੈਗਾ, 7 ਜਨਵਰੀ ਨੂੰ ਇਹ ਅਸੀਂ ਅਪਲਾਈ ਕੀਤਾ ਸੀਗਾ, ਅਤੇ ਅੱਜ ਹੈਗੀ ਹੈ 9 ਜਨਵਰੀ, ਹੈ ਨਾ। ਆਹ ਦੇਖੋ, ਤੁਸੀਂ ਇਹਦੀ ਵੀਜ਼ਾ ਗ੍ਰਾਂਟ ਡੇਟ ਚੈੱਕ ਕਰ ਸਕਦੇ ਹੋ। 9 ਜਨਵਰੀ ਨੂੰ ਅਸੀਂ ਵੀਜ਼ਾ, ਅੱਜ ਇਹਦਾ ਵੀਜ਼ਾ ਆ ਗਿਆ। ਇਹ ਲੇਡੀ ਦਾ ਜਿਹੜਾ ਵੀਜ਼ਾ ਹੈਗਾ ਸਿਰਫ 2 ਦਿਨਾਂ ਦੇ ਵਿੱਚ, 2 ਦਿਨ ਵੀ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਅਸੀਂ ਜਿਹੜੀ 7 ਜਨਵਰੀ ਨੂੰ ਜਿਹੜੀ ਸਬਮਿਸ਼ਨ ਕੀਤੀ ਸੀ ਉਹ ਆਫਟਰਨੂਨ ਦੇ ਵਿੱਚ ਕੀਤੀ ਸੀ, ਈਵਨਿੰਗ ਟਾਈਮ ਦੇ ਵਿੱਚ ਕੀਤੀ ਸੀ, ਅਤੇ ਸਵੇਰੇ ਸਾਨੂੰ ਫਿਰ ਅੱਜ ਜਿਹੜੀ ਇਹਦੀ ਵੀਜ਼ਾ ਗ੍ਰਾਂਟ ਦੀ ਮੇਲ 10 ਵਜੇ ਆ ਗਈ ਸੀਗੀ। ਹੁਣ ਵੀ ਇਸ ਟਾਈਮ 2 ਵਜੇ ਦਾ ਟਾਈਮ ਹੈ, ਸੋ 10 ਵਜੇ ਦੀ ਜਿਹੜੀ ਮੇਲ ਇਹਨਾਂ ਦੀ ਆ ਗਈ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀਜ਼ਾ ਅਸੀਂ 1 ਦਿਨ ਦੇ ਵਿੱਚ ਵੀ, ਤੁਸੀਂ ਕਹਿ ਸਕਦੇ ਹੋ ਕਿ ਆਸਟ੍ਰੇਲੀਆ ਦਾ ਜਿਹੜਾ ਵੀਜ਼ਾ ਹੈਗਾ ਉਹ 1 ਦਿਨ ਦੇ ਵਿੱਚ ਅਸੀਂ ਪ੍ਰਾਪਤ ਕੀਤਾ ਹੈਗਾ। ਸੋ ਆਹ ਜਿਹੜੀ ਸਾਡੀ ਕਲਾਇੰਟ ਨੇ ਮਨਜੀਤ ਕੌਰ ਜੀ, ਇਹਨਾਂ ਨੂੰ ਬਹੁਤ ਬਹੁਤ ਵਧਾਈਆਂ। ਇਹ ਡਿਸਟ੍ਰਿਕਟ ਮੁਕਤਸਰ ਤੋਂ ਬਿਲੋਂਗ ਕਰਦੇ ਨੇ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦੇ ਹਾਂ। ਦੋਸਤੋ, ਦੇਖੋ, ਜੇਕਰ ਤੁਹਾਡੇ ਕਾਗਜ਼ ਪੱਤਰ ਪੂਰੇ ਨੇ, ਹੈ ਨਾ, ਤੁਹਾਡੇ ਕੋਲ ਫੰਡ ਪ੍ਰੋਪਰ ਹੈਗਾ ਹੈਗਾ ਔਰ ਤੁਹਾਡਾ ਇਨਕਮ ਦਾ ਸਰੋਤ ਵਧੀਆ ਹੈ, ਅਤੇ ਤੁਹਾਡਾ ਜੇਕਰ ਤੁਹਾਡਾ ਪਰਪਸ ਆਫ ਟਰੈਵਲ ਜਾਣ ਦਾ ਕਾਰਨ ਵਧੀਆ ਬਣਦਾ ਹੈਗਾ, ਤਾਂ ਤੁਸੀਂ ਵੀ ਆਪਦਾ ਜਿਹੜਾ ਵੀਜ਼ਾ ਪ੍ਰਾਪਤ ਕਰ ਸਕਦੇ ਹੋ, ਬਸ਼ਰਤੇ ਤੁਹਾਡੇ ਜਿਹੜੇ ਪੇਪਰ ਨੇ ਉਹ ਵਧੀਆ ਹੋਣੇ ਚਾਹੀਦੇ ਨੇ। ਸੋ ਸਾਨੂੰ ਤੁਸੀਂ ਸਾਡੇ ਥਰੂ ਵੀਜ਼ਾ ਅਪਲਾਈ ਕਰਨ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਡੇ ਟੋਟਲ 7 ਆਫਿਸ ਨੇ, ਤੁਸੀਂ ਸਾਨੂੰ, ਸਾਡਾ ਹੈੱਡ ਆਫਿਸ ਹੈ ਮੋਹਾਲੀ, ਤੁਸੀਂ ਸਾਨੂੰ ਮੋਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਗਾ, ਬਰਨਾਲਾ ਜਾਂ ਮੁਕਤਸਰ ਕਿਸੇ ਵੀ ਆਫਿਸ ਦੇ ਵਿੱਚ ਆ ਕੇ ਜਿਹੜੀ ਸਾਡੀ ਟੀਮ ਹੈਗੀ ਹੈ ਉਹਨੂੰ ਮਿਲ ਕੇ ਆਪਦੀ ਜਿਹੜਾ ਕੇਸ ਡਿਸਕਸ ਕਰਕੇ ਆਪਦਾ ਜਿਹੜਾ ਹੈਗੀ ਫਾਈਲ ਤੁਸੀਂ ਲਵਾ ਸਕਦੇ ਹੋ ਅਤੇ ਵੀਜ਼ਾ ਪ੍ਰਾਪਤ ਕਰ ਸਕਦੇ ਹੋ। ਸਾਡੀ ਕੰਪਨੀ ਦੋਸਤੋ ਔਨਲਾਈਨ ਆਫਲਾਈਨ ਦੋਨੋਂ ਤਰ੍ਹਾਂ ਦਾ ਜਿਹੜਾ ਵੀਜ਼ਾ ਅਪਲਾਈ ਕਰਦੀ ਹੈ, ਔਰ ਤੁਸੀਂ ਸਾਡੇ ਥਰੂ ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ ਜਾਂ ਇੰਟਰਨੈਸ਼ਨਲ ਟੂਰ ਪੈਕੇਜ ਵਗੈਰਾ ਲੈ ਸਕਦੇ ਹੋ। ਸੋ ਸਾਨੂੰ ਕੰਟੈਕਟ ਕਰਨ ਦਾ ਜ਼ਰੀਆ ਹੈਗਾ ਦੋਸਤੋ 7022297029 'ਤੇ ਕਾਲ ਕਰ ਸਕਦੇ ਹੋ, ਜਾਂ ਜਿਹੜੇ ਸਾਡੇ ਨੰਬਰ ਸਕਰੀਨ 'ਤੇ ਡਿਸਪਲੇ ਹੋ ਰਹੇ ਨੇ ਤੁਸੀਂ ਉਹਨਾਂ ਨੰਬਰਾਂ 'ਤੇ ਕਾਲ ਕਰਕੇ ਆਪਦੀ ਜਾਣਕਾਰੀ ਲੈ ਸਕਦੇ ਹੋ। ਸਤਿ ਸ਼੍ਰੀ ਅਕਾਲ।